ਆਫ ਟੀਵੀ ਦੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ ਸਾਇੰਸ ਸ਼ੀਲਤਾ ਦੇ ਮੁੱਦੇ ਤੇ ਅਸੀਂ ਦੋ ਪੜਾਵੀ ਚਰਚਾ ਕਰ ਰਹੇ ਹਾਂ ਪਹਿਲੇ ਪੜਾਵੀ ਚਰਚਾ ਜਿਸ ਤਰ੍ਹਾਂ ਵਿਨੀਤ ਜੋਸ਼ੀ ਜੀ ਸਾਹ ਅਕਬਾਲ ਸਿੰਘ ਲਾਲਪਰਾ ਤੇ ਇਸੇ ਤਰ੍ਹਾਂ ਮਜੀਠੀਆ ਸਾਹਿਬ ਉਹ ਬੈਸ ਦੇ ਵਿੱਚ ਉਹਨਾਂ ਨੇ ਜੁਆਇਨ ਕੀਤਾ ਇਨੇ ਮੁੱਦਿਆਂ ਨੂੰ ਲੈ ਕੇ ਅਸੀਂ ਦੂਜੇ ਪੜਾਵੀ ਚਰਚਾ 'ਚ ਇਹਨਾਂ ਮਹਿਮਾਨਾਂ ਦੇ ਨਾਲ ਮੁੜ ਤੁਹਾਡੀ ਕਚਹਿਰੀ 'ਚ ਹਾਜ਼ਰਾਂ ਜਿਹੜੇ ਕਿ ਅਹਿਮ ਸਵਾਲ ਅਸੀਂ ਪਹਿਲੇ ਪੜਾਅ 'ਚ ਨਹੀਂ ਲੈ ਸਕੇ ਇਸ ਪੜਾਅ ਦੀ ਚਰਚਾ 'ਚ ਅਸੀਂ ਉਹਨਾਂ ਮੁੱਦਿਆਂ ਤੇ ਚਰਚਾ ਕਰਾਂਗੇ ਜੋ ਚੀਜ਼ ਇਹ ਦੋ ਆਪਾਂ ਗੱਲ ਕਰਦੇ ਆਂ ਇਨਟੋਲਰੈਂਸ ਦੀ ਪਿਛਲੇ ਦਿਨਾਂ ਦੇ ਅੰਦਰ ਕੁਝ ਦਿਨਾਂ ਦੀ ਗੱਲ ਹੈਗੀ ਹੈ ਕਿ ਬਾਲੀਵੁੱਡ ਦੇ ਜਿਹੜੇ ਕਲਾਕਾਰ ਆ ਕਰਨ ਜੋਹਰ ਉਹਨੇ ਖਾਸ ਤੌਰ ਤੇ ਗੱਲ ਕਹੀ ਕਿ ਜਦੋਂ ਮੈਂ ਕੋਈ ਗੱਲ ਕਹਿਣਾ ਹੈ ਕਿਤੇ ਬੋਲਦਾ ਪਾਸ਼ੰਦਨਾ ਆਪਣਾ ਕਿਸੇ ਸਬਜੈਕਟ ਦੇ ਉੱਤੇ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਮੇਰੇ ਖਿਲਾਫ ਕਿਤੇ ਨਾ ਕਿਤੇ ਪਰਚਾ ਜਿਹੜਾ ਹੈਗਾ ਦਰਜ ਹੋ ਜਾਏਗਾ ਇਸ ਤਰ੍ਹਾਂ ਦੀ ਜਿਹੜੀ ਡਰ ਦੀ ਭਾਵਨਾ ਇਕੱਲੇ ਇੱਕ ਬਾਲੀਵੁੱਡ ਦੇ ਕਲਾਕਾਰ ਦੀ ਨਹੀਂ ਹੈ ਦੂਜਿਆਂ ਵੱਲੋਂ ਵੀ ਸਮੇਂ-ਸਮੇਂ ਤੇ ਇਦਾਂ ਦੇ ਕਮੈਂਟਸ ਜਿਹੜੇ ਹੈਗੇ ਟਿੱਪਣੀਆਂ ਆਉਂਦੀਆਂ ਰਹੀਆਂ ਮੈਨੇ ਕਹਿੰਦਾ ਕਿ ਇਹਦੇ ਲਈ ਕੋਈ ਇੱਕਤਰ ਜ਼ਿੰਮੇਵਾਰ ਹੈ ਪਰ ਮੁਲਕ ਦੇ ਵਿੱਚ ਇਦਾਂ ਦਾ ਮਾਹੌਲ ਕਿਉਂ ਬਣਿਆ ਕਿ ਆਖਰ ਸਾਡੇ ਜਿਹੜੇ ਸਾਡਾ ਇੱਕ ਤਰ੍ਹਾਂ ਦਾ ਸਾਡਾ ਇਮਜ ਹੈ ਸਾਡਾ ਫੇਸ ਹੈ ਉਹਨਾਂ ਲੋਕਾਂ ਨੇ ਉਹ ਜਿਹੀਆਂ ਗੱਲਾਂ ਕਰਨੀਆਂ ਪੈ ਰਹੀਆਂ ਦੇ ਦੋ ਗੱਲਾਂ ਨੇ ਅਗਰ ਉਹਨਾਂ ਖਿਲਾਫ ਕੋਈ ਪਰਚਾ ਦਰਜ ਹੁੰਦਾ ਹੈ ਉਹ ਦੇਸ਼ ਦੇ ਅੰਦਰ ਕਾਨੂੰਨ ਹੈ ਕਾਨੂੰਨ ਦੀ ਕੋਈ ਧਾਰਾ ਤਹਿਤ ਹੀ ਹੁੰਦਾ ਹੈ ਦੂਸਰਾ ਫਰੀडम ਆਫ ਐਕਸਪ੍ਰੈਸ਼ਨ ਹੈ ਫਰੀडम ਆਫ ਸਪੀਚ ਹੈ ਪਰ ਫਰੀडम ਆਫ ਹੇਟਰੀਡ ਨਹੀਂ ਹੈ ਫਰੀडम ਆਫ ਹਰਟਿੰਗ ਅਦਰ ਵਨ ਨਹੀਂ ਹੈ ਤੁਸੀਂ ਆਪਣੀ ਫਰੀडम ਆਫ ਸਪੀਚ ਨਾਲ ਕਿਸੇ ਹੋਰ ਦੇ ਨੂੰ ਤੁਸੀਂ ਹਰਟ ਨਹੀਂ ਕਰ ਸਕਦੇ ਠੀਕ ਹੈ ਨਾ ਔਰ ਜਿਨ੍ਹਾਂ ਖਿਲਾਫ ਪਰਚੇ ਦਰਜ ਹੁੰਦੇ ਨੇ ਤੇ ਇੱਕ ਦੇਸ਼ ਦੀ ਕਾਨੂੰਨ ਕਾਨੂੰਨ ਹੈ ਕਾਨੂੰਨੀ ਧਾਰਾ ਤਹਿਤ ਹੁੰਦੇ ਨੇ ਉਸ ਤੇ ਕੋਈ ਇੱਕ ਪਾਰਟਿਕੂਲਰ ਆਈਡੀਓਲੋਜੀ ਜਾਂ ਪੋਲਿਟੀਕਲ ਪਾਰਟੀ ਰਿਸਪੋਨਸੀਬਲ ਨਹੀਂ 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 ਗੱਲ ਗੱਲ ਕੀ ਕਰ ਰਹੇ ਅੱਛਾ ਗੱਲ ਕਹਿ ਰਹੇ ਦੱਸੋ ਸਰਕਾਰ ਇਹ ਕਹਿੰਦੀ ਹੈ ਕਿ ਇਹ ਪਰਚੇ ਦਰਜ ਕੇਸ ਨਹੀਂ ਨਹੀਂ ਸਰਕਾਰ ਥੋੜੀ ਇਸ ਕੇਸ ਦਰਜ ਕਰਨ ਵਾਸਤੇ ਤੁਸੀਂ ਸੀਆਰਪੀਸੀ ਚੱਕੋ ਉਹਦੇ ਤਹਿਤ ਜਾ ਕੇ ਆਈਪੀਸੀ ਚਾਹੇ ਜਾ ਕੇ ਤੁਸੀਂ ਦਰਜ ਕਰਾ ਲਓ ਕੇਸ ਠੀਕ ਹੈ ਉਹਦੇ ਵਾਸਤੇ ਕਿ ਸਰਕਾਰ ਦੀ ਜ਼ਰੂਰ ਥੋੜੀ ਹੈ ਜੇ ਥਾਣਾ ਨਹੀਂ ਦਰਜ ਕਰਦੇ ਕੋਰਟ ਜਾਏ ਕਰ ਦੋ ਹੁਣ ਕੋਰਟ ਲੈ ਲੈਂਦੀ ਹੈ ਹੁਣ ਪੁਆਇੰਟ ਤੇ ਜੇ ਵੋਟ ਕੋਰਟ ਜੇ ਪੁੱਛਣੇ ਪਰਚੇ ਕਿਦਾਂ ਇੱਕ ਮਿੰਟ ਇੱਕ ਮਿੰਟ ਜੇ ਕੋਰਟ ਲੈ ਲੈਂਦੀ ਹੈ ਤੁਸੀਂ ਹਾਲੇ ਸਿਰਫ ਐਕਟਰਸ ਕਰੋ ਤੁਸੀਂ ਪੋਲਿਟਿਕਲ ਵੈਂਡਾਟਰ ਤੇ ਨਾ ਜਾਓ ਹਾਲੇ ਸਿਰਫ ਐਕਟਰਸ ਹੀ ਗੱਲ ਕਰ ਰਹੇ ਹੋ ਤੁਸੀਂ ਸਿਸਟਮ ਦੀ ਗੱਲ ਕਰ ਹਾਂ ਤੁਸੀਂ ਐਕਟਰਸ ਦੀ ਗੱਲ ਕੀਤੀ ਨਾ ਹੁਣ ਜੇ ਕਰਨ ਜੋਹਰ ਦੀ ਗੱਲ ਕਰਦੇ ਹੋ ਜਾਂ ਹੋਰ ਐਕਟਰਸ ਦੀ ਗੱਲ ਕਰਦੇ ਕਿ ਅਸੀਂ ਬੋਲਦੇ ਸਾਡੇ ਪਰਚੇ ਦਰਜ ਹੁੰਦੇ ਨਾ ਮਾੜਾ ਬੋਲੋ ਠੀਕ ਹੈ ਨਾ ਜੇ ਪਰਚੇ ਜਿਹਨੂੰ ਮਾੜਾ ਲੱਗਾ ਕਰ ਲੈਂਦਾ ਉਹ ਕੋਈ ਤੱਕ ਨਾ ਪਰਚਾ ਥੋੜੀ ਦਰਜ ਹੁੰਦਾ ਪੁਲਿਸ ਸਾਡੇ ਜਾ ਕੇ ਉਹ ਕਿਤਨਾ ਕਿਤੇ ਕਾਨੂੰਨ ਐਗਜ਼ਿਸਟ ਕਰਦਾ ਉਹ ਤੇ ਇਹਦੀ ਫੀਲਿੰਗ ਕਿਉਂ ਆ ਰਹੀ ਹੈ ਕਿਹਦੇ اندر ਫੀਲਿੰਗ ਆ ਰਹੀ ਹੈ ਜਿਹੜੇ ਸਾਡੇ ਬਾਲੀਵੁੱਡ ਦੇ ਕਲਾਕਾਰ ਨੇ ਦੂਜੇ ਲੇਖੇ ਕ ਕੋਈ ਵੀ ਇਸ ਦੇਸ਼ ਦੇ ਅੰਦਰ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕੀ ਜਾਦੂ ਕੀ ਗੱਲ ਬੋਲਦੇ ਨੇ ਉਹ ਆਪਣੀ ਗੱਲ ਨੂੰ ਇਹਦਾ ਸ਼ਬਦਾਂ ਚ ਰੱਖਣ ਕਿ ਗੱਲ ਦੂਜੇ ਸਮੁਦਾਇਆ ਜਾਂ ਕਿਸੇ ਬੰਦੇ ਨੂੰ ਕਨਵੇ ਵੀ ਹੋ ਜੇ ਔਰ ਕਿਸੇ ਦੀ ਫੀਲਿੰਗਸ ਹਰਟ ਨਾ ਹੋਣ ਖਾਸ ਕਰਕੇ ਕਿਸੇ ਰਿਲੀਜੀਅਸ ਫੀਲਿੰਗਸ ਨਾ ਹਰਟ ਹੋਣ ਪੁਆਇੰਟ ਇਹ ਕਿ ਉਹ ਮर्यादा ਜੇ ਤੁਸੀਂ ਪੰਕ ਕਰੋਗੇ ਚਾਹੇ ਉਹ ਬਾਲੀਵੁੱਡ ਦਾ ਐਕਟਰ ਹੈ ਚਾਹੇ ਹੋਰ ਨੇ ਸਾਰੇ ਉਪਰ ਪਰਚੇ ਦਰਜ ਹੁੰਦੇ ਨੇ ਇਹ ਜਿਹਨੇ ਕਿ ਬਖਸ਼ੇ ਜਾਂਦੇ ਨੇ ਹਰ 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 ਪੋਲਿਟਿਕਲ ਲੀਡਰਸ ਕੋ ਉੱਪਰ ਵੀ ਹੁੰਦੇ ਨੇ ਹੁਣ ਇਹ ਕਹਿ ਕਿ ਹਟੇ ਨੇ ਹਲੇ ਕਿ ਇੱਕ ਬੀਜੇਪੀ ਦੇ ਸੀਨੀਅਰ ਲੀਡਰ ਉਪਰ ਯੂਪੀ ਚ ਹੋਇਆ ਸੀਗਾ ਸੋ ਦਰਜ ਹੋ ਜਾਂਦੇ ਨੇ ਯੂਪੀ ਪੰਕ ਕਰੇਗਾ ਉਹਦੇ ਉੱਪਰ ਪਰਚਾ ਦਰਜ ਹੋਏਗਾ ਸੋ ਕਰਨ ਜੋ ਨਿਯਮਾਂ ਦੇ ਅੰਦਰ ਰਹਿਣਾ ਚਾਹੁੰਦਾ ਜੀ ਜੀ ਠੀਕ ਹੈ ਜੀ ਹੁਣ ਅਮੀਰ ਖਾਨ ਹੈ ਅਮੀਰ ਖਾਨ ਨੇ ਇੱਕ ਵਾਰ ਇਸ਼ੂ ਟੈਕ ਅਪ ਕੀਤਾ ਉਹਨੇ ਹੁਣ ਕਲੈਰੀਫਾਈ ਕੀਤਾ ਕਿ ਮੈਂ ਇਹ ਗੱਲ ਨੂੰ ਇਸ ਤਰ੍ਹਾਂ ਨਹੀਂ ਕਿਹਾ ਮੇਰੀ ਗੱਲ ਨੂੰ ਉਸਾਂ ਲੈ ਗਿਆ ਸੋ ਉਹਨੇ ਹੁਣ ਉਹਨਾਂ ਹੀ ਉਹਨੂੰ ਰੈਸੀਪਰਕੂਏਸ਼ਨ ਕਰ ਰਹੇ ਆ ਜੀ 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 ਜ ਤਾਤੇ ਇਹ ਲੋਕ ਜਾ ਕੇ ਨਾ ਤਾਂ ਤੇਰੇ ਨਾਲ ਐਵਾਰਡ ਵਾਪਸੀ ਨਹੀਂ ਕੀਤੀ ਦੇਸ਼ 'ਚ ਐਮਰਜੈਂਸੀ ਲੱਗੀ ਤਾਂ ਕਿੰਨੇ ਐਵਾਰਡ ਵਾਪਸ ਕਰ ਲੈ ਠੀਕ ਹੈ 84 ਦੰਗੇ ਤਾਂ ਕਿਉਂ ਨਹੀਂ ਕਰ ਲੈ ਪਾਗਲਪੁਰ ਰਾਈਟਸ ਤਾਂ ਕਿਉਂ ਨਹੀਂ ਕਰ ਲੈ ਤੁਸੀਂ ਹੁਣ ਹੀ ਕਿਉਂ ਲੱਗ ਗਿਆ ਸਕੈਮਸ ਜਿਹੜੇ ਨੇ ਜੋ ਸਕੈਮਸ ਤੇ ਕਿਸੇ ਰਿਲੀਜੀਅਨ ਨਾਲ ਕਿਸੇ ਕਿਸੇ ਰਿਲੀਜੀਅਨ ਨਾਲ ਕਿਸੇ ਰਿਲੀਜੀਅਨ ਨਾਲ ਸੰਬੰਧਿਤ ਨਹੀਂ ਹੈ ਨਾ ਉਹ ਸਕੈਮਸ ਦੇ ਉੱਪਰ ਤੁਸੀਂ ਕਿਉਂ ਚੁੱਪ ਰਹੇ ਓਕੇ ਓਕੇ ਇਹ ਇਹ ਸਭ ਉਹ ਲੋਕ ਨੇ ਇਹ ਉਹ ਰਾਈਟਰਸ ਨੇ ਜਿਹੜੇ ਇੱਕ ਤਰ੍ਹਾਂ ਇੱਕ ਪਾਰਟਿਕੂਲਰ ਆਈਡੀਓਲੋਜੀ ਨੇ ਇਹਨਾਂ ਨੂੰ ਨਰਿਸ਼ ਕੀਤਾ ਸੀਗਾ ਉਹ ਲੋਕ ਸਾਡਾ ਮਾਸਸਿਸ ਦੇ ਅੰਦਰ ਐ ਕੁਝ ਨਹੀਂ ਕਰ ਪਾ ਰਹੇ ਡੈਮੋਕਰੇਟਿਕ ਇਹਨਾਂ ਨੇ ਕੈਂਪੇਨ ਬਣਾਈ ਉਹ ਜੀ ਜੀ ਤੁਹਾਡੇ ਵੀਵ ਮਨ ਆ ਗਿਆ ਮਿਸਟਰ ਜੀ ਤੁਸੀਂ ਕਹਿਣਾ ਚਾਹੁੰਦੇ ਆ ਮੈਂ ਬੇਨਤੀ ਕਰਨੀ ਚਾਹੁੰਦਾ ਜੀ ਕਿ ਬੰਦੇ ਦੇ ਵਿਹਾਰ ਨਾਲੋਂ ਵਿਹਾਰ ਜਿਹੜਾ ਉਹ ਅਲਫਾਜ਼ਾਂ ਨਾਲੋਂ ਜ਼ਿਆਦਾ ਕੁਝ ਕਨਵੇ ਕਰਦਾ ਠੀਕ ਹੈ ਜੀ ਇਹ ਸਾਰੇ ਜਿਹੜੇ ਰਾਈਟਰਸ ਉਹਨਾਂ ਦਾ ਵਾਪਸ ਕਰਨਾ ਜਾਂ ਤੋਖਲਾ ਪ੍ਰਗਟ ਕਰਨਾ ਫਿਲਮ ਪਰਸੋਨੈਲਿਟੀਆਂ ਵੱਲੋਂ ਮਸਲਾ ਕਿੱਥੇ ਬੰਦਾ ਇਹਨਾਂ ਰਾਈਟਰਸ ਨੇ ਜਾਂ ਇਹਨਾਂ ਨੇ ਦੂਸਰੇ ਜਿਹੜੀਆਂ ਫਿਲਮ ਪਰਸਨੈਲਿਟੀਆਂ ਨੇ ਜਿਹੜੀਆਂ ਵੀ ਸੈਲੀਬ੍ਰਿਟੀਜ਼ ਜਾਂ ਜਿਹੜੀ ਕੋਈ ਕਹ ਲੋ ਕਿ ਕੁਝ ਮੌਜ਼ੇ ਕੁਝ ਚੁਣ ਚੁਣੀਦਾ ਲੋਕ ਨੇ ਜਦੋਂ ਇੱਕ ਚੀਜ਼ ਹੱਦ ਤੋਂ ਜ਼ਿਆਦਾ ਹੁੰਦੀ ਹੈ ਕਈ ਵਾਰ ਬੜੇ ਬੜੇ ਵੱਡੇ ਘਰਨਾਵਾ ਹੁੰਦੀਆਂ ਜਿਵੇਂ ਦਾ ਕਿ 84 ਦੇ ਦੰਗੇ ਇਸੇ ਤਰ੍ਹਾਂ ਗੁਜਰਾਤ ਦੇ ਦੰਗਿਆਂ ਵੇਲੇ ਵੀ ਕਿਸੇ ਨੇ ਵਾਪਸ ਨਹੀਂ ਕੀਤੇ ਜੋ ਯੂਪੀ ਚ ਹੋਇਆ ਉੱਤੇ ਵੀ ਕਿਸੇ ਨੇ ਵਾਪਸ ਨਹੀਂ ਕੀਤੇ ਬਾਬਰੀ ਮਸਜਿਦ ਵੇਲੇ ਵੀ ਕਿਸੇ ਨੇ ਵਾਪਸ ਨਹੀਂ ਕੀਤੇ ਕਿਉਂਕਿ ਉਸ ਵੇਲੇ ਇੱਕ ਇੱਕ ਮਿੰਟ ਇੱਕ ਮਿੰਟ ਪਲੀਜ਼ ਪਲੀਜ਼ ਇੱਕ ਸੈਕਿੰਡ ਯੋਸ਼ੀ ਜੀ ਮੇਰੇ ਮੈਂ ਉਸ ਟੌਪਿਕ ਦੀ ਗੱਲ ਕਰ ਰਹੇ ਮੈਂ ਨਹੀਂ ਗੱਲ ਕੀਤੀ ਟੌਪਿਕ ਸੈਕਿੰਡ ਮੈਂ ਇੱਕ ਮਿੰਟ ਦਾ ਕਲੈਕਸ਼ਨ ਕਰਨਾ ਹੈ ਉਹ ਨਾ ਉਹ ਨਾ ਡਿਸਪੂਟਡ ਸਟਰਕਚਰ ਹੈ ਉਹ ਬਾਬਰੀ ਮਸਜਿਦ ਨਹੀਂ ਹੈ ਮੈਂ ਮੈਂ ਸਟਰਕਚਰ ਤਾਂ ਜੋ ਤੁਸੀਂ ਉਹਨੂੰ ਕੋਈ ਵੀ ਨਾਮ ਦੇ ਦਿਓ ਇਹ ਵੀ ਇਹ ਵੀ ਅਸੈਂਟ ਸ਼ੀਲਤਾ ਹੀ ਹੈ ਦੇਖੋ ਮੈਂ ਮੈਂ ਬੇਨਤੀ ਕਰਾਂਗਾ ਮੈਂ ਬੇਨਤੀ ਕਰਾਂਗਾ ਤੁਸੀਂ ਤੁਸੀਂ ਮੇਰਾ ਮੈਂ ਕਿਸੇ ਕੋਈ ਇਹਦੇ ਤੇ ਇਹ ਕੋਈ ਨਹੀਂ ਕਨਵੇ ਕਰ ਰਿਹਾ ਜੋ ਜਨਰਲੀ ਜਿੱਥੇ ਕੋਈ ਰੈਫਰੈਂਸ ਹੁੰਦਾ ਚਾਹੇ ਪ੍ਰੈਸ ਚੋਂ ਹੁੰਦਾ ਜਾਂ ਜਿੱਥੇ ਵੀ ਹੁੰਦਾ ਉਹਨੂੰ ਡਿਸਪਿਊਟਡ ਸਟ੍ਰਕਚਰ ਦਾ ਨਾਮ ਦੇ ਦਿਓ ਬਾਬਰੀ ਮਾਚੇ ਦਾ ਦੇ ਦਿਓ ਹੈ ਤਾਂ ਹੈ ਤਾਂ ਹੈ ਤਾਂ ਉਹੀ ਉਹ ਜਿਹੜੀ ਫੁਰਖਾਬਾਦ ਵਾਲੀ ਜਿਹੜੀ ਉਹ ਪਾਰਟਿਕੂਲਰ ਏਰੀਆ ਉਹਦੀ ਉਹਦੇ ਇਤਿਹਾਸ ਦੇ ਵਿੱਚ ਆਪਾਂ ਜਾਈਏ ਉਹਨੂੰ ਜੇ ਪਿੱਛੇ ਘਟਣ ਲੱਗੀ ਹੈ ਤੇ ਸ਼ਾਇਦ ਇਹ ਜਿਹੜੇ ਇਨਵੇਡਰਸ ਆਏ ਇਹਨਾਂ ਤੋਂ ਪਹਿਲਾਂ ਹੋਰ ਵੀ ਇਨਵੇਡਰਸ ਆਏ ਨੇ ਆ ਪਿਛਲੇ ਸਮੇਂ ਦੇ ਦੇਖੋ ਮੇਰੀ ਬੇਨਤੀ ਮੇਰੀ ਰਿਕਵੈਸ ਮੈਨੂੰ ਕੋਈ ਕੋਰਟ ਕੋਈ ਤੁਸੀਂ ਕਹੋ ਰਾਮ ਮੰਦਰ ਮੈਂ ਕੋਈ ਕੋਰਟ ਕੋਈ ਮੇਰੀ ਮੇਰੀ ਤੇ ਜਿਹੜੀ ਵਿਚਾਰਤਾ ਰਾਇ ਮੇਰੀ ਵਿਚਾਰਤਾ ਰਾਇ ਸੈਕੂਲਰ ਆ ਮੈਨੂੰ ਮੈਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਤਾਂ ਰਾਮ ਮੰਦਰ ਮੈਂ ਕਹਾਂਗਾ ਨਾ ਰਾਮ ਮੰਦਰ ਕੋਰਟ ਨੇ ਹਾਈ ਕੋਰਟ ਨੇ ਉਹਨੂੰ ਡਿਸਪੂਟਡ ਸਟਰਕਚਰ ਮੰਨਿਆ ਔਰ ਹਾਈ ਕੋਰਟ ਨੇ ਜਿਹੜਾ ਹੈ ਉਥੇ ਰਾਮ ਟੈਂਪਲ ਦੀ ਜਿਸ ਤਰ੍ਹਾਂ ਉਹਨੂੰ ਕਰਕੇ ਜਿਸ ਤਰ੍ਹਾਂ ਦਿੱਤਾ ਤੇ ਪਲੀਜ਼ ਪਲੀਜ਼ ਸੇ ਮੈਂ ਉਹਦੇ ਸੰਦਰਭ ਚ ਨਹੀਂ ਜਾ ਰਿਹਾ ਮੈਂ ਮੈਂ ਇੱਕ ਉਹਨੂੰ ਰੈਫਰੈਂਸ ਦੇ ਤੌਰ ਤੇ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਕਿ ਇਹਨਾਂ ਉਦੋਂ ਵੀ ਨਹੀਂ ਇਹਨਾਂ ਕੁਝ ਕੀਤਾ ਪਰ ਉਹ ਜਿਵੇਂ ਕਹਿੰਦੇ ਹਨ ਕਿ ਇੱਕ ਸਟੇਜ ਜਦੋਂ ਆ ਜਾਂਦੀ ਹੈ ਜਦੋਂ ਪਾਣੀ ਸਿਰ ਤੋਂ ਲੰਘਣ ਵਾਲਾ ਹੁੰਦਾ ਉਹ ਕਿਵੇਂ ਫੋਰ ਐਗਜ਼ਾਮਪਲ ਹੁਣ ਤੁਸੀਂ ਦੇਖੋ ਕਿ ਇੱਕ ਅੱਜ ਤੱਕ ਸਾਡੇ ਜਿਹੜੇ ਜਿਨ੍ਹਾਂ ਨੂੰ ਆਪਾਂ ਜੀਓਲੋਜਾਈਜ਼ ਕਰਦੇ ਕਿਹਨਾਂ ਨੂੰ ਕਰਦੇ ਆ ਮਹਾਰਾਣਾ ਪ੍ਰਤਾਪ ਕਰਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਨੂੰ ਆਪਾਂ ਕਰਦੇ ਆ ਗੁਰੂ ਹਰਗੋਬਿੰਦ ਸਾਹਿਬ ਆਪਾਂ ਪੰਜਾਬ ਦੀ ਗੱਲ ਕਰੀ ਆ ਆਪਾਂ ਉਹਨਾਂ ਨੂੰ ਗੱਲ ਕਰਦੇ ਆ ਜਾਂ ਜਿਹੜੇ ਸਮੇਂ-ਸਮੇਂ ਤੇ ਜਿੱਥੇ-ਜਿੱਥੇ ਸਾਡੇ ਸੇਵੀਅਰਸ ਹੋਏ ਨੇ ਉਹਨਾਂ ਦੇ ਵਿੱਚ ਸ਼ਿਵਜੀ ਸ਼ਿਵਾਜੀ ਉਹਨਾਂ ਨੂੰ ਆਪਾਂ ਕਰਦੇ ਆਂ ਔਰ ਟਿੱਪੂ ਸੁਲਤਾਨ ਵੀ ਸਾਡੇ ਉਸੇ ਹੀ ਲਾਈਨ ਦੇ ਵਿੱਚ ਆਉਂਦੇ ਸੀ ਸਾਡੀ ਕੋ ਉਹਦੀ ਸੀ ਇਸ ਤਰ੍ਹਾਂ ਦੀ ਬੜੀ ਹੈਗੀ ਜਿਨ੍ਹਾਂ ਨੂੰ ਆਪਾਂ ਕਰਦੇ ਆਂ ਪਰ ਪਿਛਲੇ ਸਮੇਂ 'ਚ ਟਿੱਪੂ ਸੁਲਤਾਨ 'ਤੇ ਕੰਟਰੋਵਰਸੀ ਔਰ ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਟੈਕਸਟ ਬੁੱਕਸ ਨੇ ਉਹਨਾਂ ਦੇ ਉਹਨਾਂ ਦੇ ਸਿਲੇਬਸ 'ਤੇ ਕੰਟਰੋਵਰਸੀ ਤੂੰ ਖਾਣਾ ਕੀ ਆ ਨਹੀਂ ਖਾਣਾ ਕੀ ਆ ਉਹਦੇ 'ਤੇ ਕੰਟਰੋਵਰਸੀ ਜਦੋਂ ਕੋਈ ਵੀ ਚੀਜ਼ ਕਹਿੰਦੇ ਹੁੰਦੇ ਆ ਕਿ ਇੱਕ ਸਟੇਜ ਤੋਂ ਅੱਗੇ ਜਾਂਦੀ ਆ ਤੇ ਜਿਹੜੇ ਉਥੋਂ ਦਾ ਇੰਟੈਲੀਜੈਂਸ਼ੀਆ ਚਾਹੇ ਉਹ ਕਿਸੇ ਵੀ ਮਾਸਰੇ ਨਾਲ ਸੰਬੰਧਤ ਆ ਉਹਦਾ ਉਹਦੇ 'ਤੇ ਸੋਚਣਾ ਉਹਦਾ ਉਹਦੇ ਤੇ ਪ੍ਰਤੀਕਰਮ ਦੇਣਾ ਇਹ ਇੱਕ ਸੁਭਾਵਕ ਆ ਇਹ ਕੋਈ ਇਹ ਨਹੀਂ ਆਪਾਂ ਕਹਿ ਸਕਦੇ ਹਾਂ ਗੱਲ ਇਹ ਆ ਕਿ ਉਹ ਜਿਵੇਂ ਉਹ ਕਹਿੰਦੇ ਆ ਨਾ ਕਿ ਵੀ ਸਾਨੂੰ ਉਹ ਕਹਿੰਦਾ ਵੀ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ਜੇ ਆਪਾਂ ਆਪਣੇ ਅੰਦਰ ਝਾਤ ਮਾਰਾਂਗੇ ਤਾਂ ਬਹੁਤ ਕੁਝ ਠੀਕ ਹੋ ਜਾਏਗਾ ਕੋਈ ਸਾਰੇ ਠੀਕ ਨਹੀਂ ਸਾਰੇ ਗਲਤ ਨਹੀਂ ਓਕੇ ਮਜੀਠੀ ਲਾਲਪ੍ਰੇ ਜੀ ਇਸ ਮੁੱਦੇ ਦੇ ਉੱਤੇ ਬੜਾ ਇੰਪੋਰਟੈਂਟ ਗੱਲ ਹੈਗੀ ਆ ਕਿ ਜਦੋਂ ਆਪਾਂ ਗੱਲ ਕਰਦੇ ਆ ਬਾਲੀਵੁੱਡ ਇਹ ਨਹੀਂ ਕਿ ਇੱਕ ਇੰਡੀਵਿਜੂਅਲ ਦੀ ਗੱਲ ਕਰਦੇ ਆ ਜਿੱਦਾਂ ਜੋਸ਼ੀ ਉਹਨਾਂ ਨੇ ਨਾਮ ਲਿਆ ਜਿਹੜੇ ਟੌਪ ਦੇ ਖਾਤੋ ਤੇ ਜਦੋਂ ਫਰਾਂਸ ਦੇ ਰਾਸ਼ਟਰਪਤੀ ਆਏ ਤਾਂ ਤੁਸੀਂ ਦੇਖਿਆ ਨਾ ਉਸੇ ਸ਼ਾਹਰੋਖਾਨ ਨੂੰ ਅਸੀਂ ਜਿਹੜਾ ਫਰਾਂਸ ਦੇ ਰਾਸ਼ਟਰਪਤੀ ਨਾਲ ਮਿਲਾ ਰਹੇ ਕਿਉਂਕਿ ਸਾਡੇ ਕੋਲੇ ਮਿਲਾਉਣ ਲਈ ਹੀ ਹੀ ਹਸਤੀਆਂ ਜਿਨ੍ਹਾਂ ਤੇ ਅਸੀਂ ਮਾਣ ਕਰ ਸਕਦੇ ਆ ਤੇ ਉਹਨਾਂ ਹੀ ਹਸਤੀਆਂ ਦੇ ਬਾਰੇ ਸਾਡੇ ਮੁਲਕ ਦੇ ਅੰਦਰ ਜਦੋਂ ਇਦਾਂ ਦੇ ਚਿਕੜੇ ਛਾਲਾ ਜਾਂਦਾ ਉਹਨਾਂ ਦੀਆਂ ਫਿਲਮਾਂ ਉਤਾਰਨ ਦੀ ਗੱਲ ਕੀਤੀ ਜਾਂਦੀ ਹੈ ਉਹਨਾਂ ਦੀ ਫਿਲਮਾਂ ਦੇ ਬਾਈਕਾਟ ਕਰਨ ਦੀ ਗੱਲ ਕੀਤੀ ਜਾਂਦੀ ਹੈ ਕਰਨ ਜੋਹਰ ਨੇ ਜਿੱਦਾਂ ਚੁਸੀ ਨਹੀਂ ਕਿਹਾ ਵੀ ਠੀਕ ਹੈ ਕਿ ਇਹ ਕਾਨੂੰਨ ਹੈਗਾ ਪਰ ਸਾਨੂੰ ਵੀ ਪਤਾ ਕਿ ਕਾਨੂੰਨ ਕਿਸ ਦਰੇ ਤੇ ਰਹਿ ਕੇ ਕਦੋਂ ਕੰਮ ਕਰਦਾ ਕਦੋਂ ਨਹੀਂ ਕੰਮ ਕਰਦਾ ਇਹੋ ਜਿਹੇ ਜਿਹੜੇ ਮਾਹੌਲ ਹੈ ਸਾਡੇ ਮੁਲਕ ਵਿੱਚ ਕਿਉਂ ਕੁਝ ਲੋਕਾਂ ਵੱਲੋਂ ਸਿਰਜਿਆ ਗਿਆ ਇਹ ਕਿਸ ਲੋਕਾਂ ਵੱਲੋਂ ਨਹੀਂ ਸਾਡੀ ਜਿਹੜੀ ਹੈ ਨਾ ਇਹਦੇ ਵਿੱਚ ਅਕਾਉਂਟੇਬਿਲਟੀ ਕਿਸੇ ਦੀ ਨਹੀਂ ਹਾਲੇ ਤੱਕ ਇੱਕ ਛੋਟੀ ਜੀ ਗੱਲ ਮੈਂ ਤੁਹਾਨੂੰ ਕਰਦਾ ਹੈ ਇਲੈਕਸ਼ਨ ਹੁੰਦੇ ਆ ਇਲੈਕਸ਼ਨਾਂ ਦੇ ਵੀ ਸ਼ਰਾਬ ਵੰਡੀ ਜਾਂਦੀ ਹੈ ਪੈਸਿਆਂ ਦੇ ਕੇਸ ਚੱਲਦੇ ਆ ਔਰ ਉਹਨਾਂ ਦਾ ਲੋਕਾਂ ਦੇ ਪਰਚੇ ਵੀ ਦਰਜ ਹੁੰਦੇ ਆ ਲੇਕਿਨ ਅੱਜ ਤਾਈਂ ਮੈਂ ਕਦੇ ਕੋਈ ਸਜ਼ਾ ਹੁੰਦਾ ਨਹੀਂ ਸੁਣਿਆ ਕਿਉਂ ਜਦੋਂ ਤਾਕਤ ਆ ਗਿਆ ਉਹ ਦੋ ਤੋਤਾ ਬਣ ਗਿਆ ਉਹ ਸਾਰਾ ਕੁਝ ਸਾਰਾ ਕੁਝ ਸਾਫ਼ ਹੋ ਜਾਂਦਾ ਮੁੱਖ ਮੰਤਰੀਆਂ ਦੇ ਪਰਚੇ ਹੁੰਦੇ ਆ ਉਹ ਵੀ ਗਵਾਹ ਵਜ ਜਾਂਦੇ ਪੁਲਿਸ ਅਫਸਰ ਵੀ ਕਹਿੰਦੇ ਆ ਜੀ ਅਸਮਾਨ ਤੋਂ ਆਏ ਸੀ ਸਾਡੇ ਕਰੈਕਟਰ ਦੇ ਵਿੱਚ ਜਿਹੜੀ ਆ ਨਾ ਕਮਜ਼ੋਰੀ ਆ ਗਈ ਹੈ ਤੁਸੀਂ ਨਸ਼ਿਆਂ ਦੇ ਮੁੱਦੇ ਦੇ ਇਸ ਕਰਕੇ ਤੁਹਾਡੇ ਗੱਲ ਤੇ ਖੁਸ਼ ਹਾਂ ਕਿਉਂਕਿ ਨਸ਼ਿਆਂ ਦੇ ਖਿਲਾਫ ਇਹ ਬੜਾ ਲੜਦੇ ਕਹਿੰਦੇ ਵੀ ਹੈ ਤਾਂ ਇਦਾਂ ਦੀ ਗੱਲ ਹੈ ਗੱਲ ਇਹ ਹੈ ਕਿ ਜਿਹੜਾ ਸਾਡੀ ਮਾਨਸਿਕਤਾ ਆ ਸਾਡਾ ਕਰੈਕਟਰ ਆ ਜਦੋਂ ਤੱਕ ਇਹ ਨਹੀਂ ਹੋਏਗਾ ਅਸੀਂ ਦੇਖੋ ਅਸੀਂ ਕਹਿੰਦੇ ਸਮਾਨਤਾ ਸਾਰਿਆਂ ਦੇ ਵਿੱਚ ਤੇ ਦੂਜੀ ਤਰ੍ਹਾਂ ਸਾਡਾ ਆਪਣਾ ਮੈਂ ਜਿਹੜੇ ਹਿੰਦੁਸਤਾਨ ਦੇ ਜਿੱਥੇ ਅਸੈਂਸ਼ੀਲਤਾ ਦਾ ਰੌਲਾ ਹੈ ਉਹਨਾਂ 8-9 ਸੂਬੇ ਹੈਗੇ ਆ ਯੂਪੀ ਬਿਹਾਰ ਗੁਜਰਾਤ ਅਹਮਦਾ ਆਪਣਾ ਤੁਹਾਡਾ ਮਧਿਆ ਪ੍ਰਦੇਸ਼ ਮਹਾਰਾਸ਼ਟਰ ਪੁਰਾਣੇ ਚੱਲੇ ਆ ਰਹੇ ਰਾਜਸਥਾਨ ਉਹਨਾਂ ਦੇ ਬੰਗਾਲ ਦੇ ਵਿੱਚ ਹਾਂਜੀ ਹੁਣ ਲੇਕਿਨ ਸਾਡੇ ਲਈ ਚੰਗੀ ਗੱਲ ਹੈ ਅਸੀਂ ਸਾਰੇ ਪੰਜਾਬ 'ਚ ਬੈਠੇ ਆ ਪੰਜਾਬ 'ਚ ਅੱਜ ਵੀ ਉਹਦਾ ਨਾਂ ਨਹੀਂ ਹੈਗਾ ਅਸੈਂਸ਼ੀਲਤਾ ਵਾਲੀ ਕੋਈ ਗੱਲ ਨਹੀਂ ਕਿਉਂਕਿ ਇੱਕ ਗੱਲ ਤੋਂ ਚੱਲੀ ਗਈ ਜਿਸ ਰਾਜ ਦੀ ਅਸੀਂ ਕਲਪਨਾ ਕਰਦੇ ਆ ਲਾਲੀ ਸਾਹਿਬ ਨੇ ਬਹੁਤ ਸਾਰੇ ਬੰਦਿਆਂ ਦਾ ਨਾਮ ਲਿਆ ਉਹਨਾਂ ਚੋਂ ਇਹ ਸੀ ਮੁਸਲਮਾਨ ਜਿਹੜਾ ਰਾਈਟਰ ਹੈ ਉਹ ਲਿਖਦਾ ਰਾਜੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ ਕਹਦੇ ਨਹੀਂ ਸੀ ਤੀਸਰੀ ਜਾਤ ਆਈ ਇਹ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਿੱਥੇ ਸਾਰਿਆਂ ਨੂੰ ਬਰਾਬਰੀ ਨਾਲ ਸਮਝਿਆ ਜਾਂਦਾ ਸੀ ਲੇਕਿਨ ਸਾਡੀ ਬਦਕਿਸਮਤੀ ਹੈ ਇਹ ਜਿਹੜੀ ਸਹਿਨਸ਼ੀਲਤਾ ਹੈ ਇਹ ਕੇਵਲ ਪੋਲੀਟੀਕਲ ਨਹੀਂ ਇਹ ਬਿਊਰੋਕ੍ਰੈਟਿਕ ਵੀ ਹੋ ਗਈ ਹੈ ਥੈਂਕ ਯੂ ਵੈਰੀ ਮੱਚ ਕਿ ਇੱਕ ਮੰਤਰੀ ਮੁੱਦਾ ਵੀ ਹੈ ਸਾਡਾ ਅਸੀਂ ਕਹਿ ਸਕਦੇ ਆ ਇਹਨਾਂ ਮੁੱਦਿਆਂ ਤੇ ਅਸੀਂ ਆਪਣੀ ਚਰਚਾ ਜਾਰੀ ਰੱਖਾਂਗੇ ਪਰ ਨਿੱਕੀ ਜੀ ਬ੍ਰੇਕ ਦੇ ਬਾਅਦ ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ ਅਸੈਂਸ਼ੀਲਤਾ ਦੇ ਮੁੱਦੇ ਤੇ ਅਸੀਂ ਬ੍ਰੇਕ ਤੋਂ ਪਹਿਲਾਂ ਚਰਚਾ ਕਰ ਰਹੇ ਸੀ ਜੁਸੀ ਜੀ ਤੋਂ ਆਪਾਂ ਗੱਲ ਕਰਦੇ ਹਾਂ ਇਨਟੋਲਰੈਂਸ ਅਸੈਂਸ਼ੀਲਤਾ ਦੀ ਤੁਸੀਂ ਬ੍ਰੇਕ ਤੋਂ ਪਹਿਲਾਂ ਇੱਕ ਮੁੱਦੇ ਤੇ ਇਹ ਗੱਲ ਕਹੀ ਕਿ ਵੀ ਬਾਵਰੀ ਮਸਜਿਦ ਦੀ ਗੱਲ ਆ ਇੱਕ ਵਿਵਾਦਤ ਟਾਂਚਾ ਹੈਗਾ ਇਹਦੇ ਬਾਰੇ ਵੱਖਰੀ ਰਾਏ ਹੋ ਸਕਦੀ ਹੈ ਪਰ ਇਹ ਸਾਰੇ ਅਦਾਲਤ ਦੇ ਵਿੱਚ ਵੀ ਇਹ ਮਾਮਲਾ ਨਿਪਟਿਆ ਹੋਇਆ ਹੈ ਇਹਦੇ باوجود ਕੋਈ ਤਰ੍ਹਾਂ ਵੱਲੋਂ ਯੂਨੀਵਰਸਿਟੀਆਂ 'ਚ ਜਾ ਕੇ ਇਸ ਮੁੱਦੇ ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਅਗਰ ਵੀਰੇ ਕੀ ਮੈਸੇਜ ਆਏਗਾ ਇਸ ਮੁੱਦੇ ਦੇ ਨਾਲ ਅਗਰ ਉਹ ਬਵਾਦੇ ਟਾਂਚਾ ਆਇਆ ਹੈ ਅਦਾਲਤ ਦੇ ਵਿੱਚ ਕੇਸ ਹੈ ਤਾਂ ਫਿਰ ਸੈਮੀਨਾਰ ਕਰਾਉਣ ਦੀ ਕਿਉਂ ਖੁੱਲ੍ਹ ਦਿੱਤੀ ਜਾਂਦੀ ਹੈ ਸੋ ਦੋ ਇਸ਼ੂਜ਼ ਨੇ ਉਹ ਡਿਸਪਿਊਟਡ ਸਟਰਕਚਰ ਹੈ ਔਰ ਡਿਸਪਿਊਟਡ ਸਟਰਕਚਰ ਦੇ ਜੇਥੇ ਇਟ ਇਜ਼ ਬਰਥਪਲੇਸ ਆਫ ਪ੍ਰਭੂ ਰਾਮ ਇਹ ਹਾਈ ਕੋਰਟ ਨੇ ਡਿਸੀਜਨ ਦਿੱਤਾ ਹੈ ਔਰ ਉਹਦੇ ਲਈ ਆਰਕੀਓਲੋਜੀਕਲ ਜਿਹੜੇ ਸੈਂਟੀਫਿਕ ਤਰੀਕੇ ਨਾਲ ਸਟੈਬਲਿਸ਼ ਕਰਕੇ ਦਿੱਤਾ ਹੈ ਉਹ ਠੀਕ ਹੈ ਕਿ ਹੁਣ ਉਹ ਸੁਪਰੀਮ ਕੋਰਟ ਕੇਸ ਪੈਂਡਿੰਗ ਹੈ ਜੋ ਸੁਪਰੀਮ ਕੋਰਟ ਦਾ ਨਿਰਣੇ ਆਏਗਾ ਉਹ ਭਾਜਪਾ ਨੇ ਵੀ ਕੀਤਾ ਔਰ ਬਾਕੀ ਸਾਰੀ ਆਰਗੇਨਾਈਜੇਸ਼ਨਸ ਨੇ ਵੀ ਕੀਤਾ ਸਾਨੂੰ ਐਕਸੈਪਟੇਬਲ ਹੋਏਗਾ ਪਰ ਸੈਂਸਿਟਿਵ ਮੈਟਰ ਤਾਂ ਹੈ ਹੀ ਨੇ ਜਿਹੜੇ ਦੋਨਾਂ ਦੇ ਨਾਲ ਜੁੜਿਆ ਹੋਇਆ ਹੈ ਤੇ ਸੋ ਸੋ ਗੱਲ ਹੈ ਉਹ ਫਿਰ ਮੈਂ ਇਸ ਲਈ ਵਿੱਚ ਥੋੜਾ ਇੰਟਰਵਿਊਨ ਕਰ ਗਿਆ ਮੈਨੂੰ ਕਰਨਾ ਹੀ ਪਰ ਮੈਨੂੰ ਮਜਬੂਰ ਹੋ ਗਿਆ ਇਹ ਵਾਰਾ ਮੈਂ ਯੂਨੀਵਰਸਿਟੀ ਦੇ ਪਾਰਟ ਦੇ ਨਾਲ ਗੱਲ ਕਰਦਾ ਕਿ ਜਦੋਂ ਯੂਨੀਵਰਸਿਟੀ ਜਿਹੜਾ ਸੈਮੀਨਾਰ ਕਰਵਾਇਆ ਉੱਥੇ ਲੋਕੀ ਭਾਸ਼ਣੇ ਵੀ ਦਿੰਦੇ ਆ ਇਦਾਂ ਦੀਆਂ ਗੱਲਾਂ ਵੀ ਕਰਦੇ ਆ ਜਿਹਨਾਂ ਦੂਜੀ ਧਰ ਨਾਲ ਠੇਸ ਲੱਗਦੀ ਹੈ ਸਰ ਇਸ ਦੇਸ਼ ਤੇ ਤਿਰੰਗਾ ਚੁਲਾਇਆ ਜਾਂਦਾ ਤੁਹਾਨੂੰ ਪਤਾ ਹੈ ਦੇਸ਼ ਦਾ ਤਿਰੰ ਉਦੇ ਅੰਦਰ ਲੋਕ ਕੰਮ ਕਰਦੇ ਨੇ ਹੁਣ ਤੁਸੀਂ ਕਿਵੇਂ ਰੋਕ ਲੋਗੇ ਸਮਝਾ ਦਿਓ ਫ੍ਰੀडम ਆਫ ਸਪੀਚ ਨੂੰ ਕਿਵੇਂ ਰੋਕ ਲੋਗੇ ਪ੍ਰੋਬਲਮ ਪ੍ਰੋਬਲਮ ਕਿਥੇ ਹੈ ਮੈਂ ਜੋ ਜੀ ਇਸ ਮੁਲਕ ਦੇ ਅੰਦਰ ਕ੍ਰਿਮੀਨਲ ਕ੍ਰਿਮੀਨਲ ਪਾਰਲੀਮੈਂਟ ਚ ਵੀ ਬੈਠਿਆ ਜਾ ਕੇ ਉਹ ਠੀਕ ਹੋ ਗਿਆ ਪਾਰਲੀਮੈਂਟ ਤਾਂ ਨਹੀਂ ਸਰ ਉਹ ਕੁਝ ਸ਼ੁਰੂ ਹੋ ਗਿਆ ਹੈ ਹਰਿਆਣੇ ਨੇ ਆਪਣਾ ਪੰਚਾਇਤੀ ਕਾਨੂੰਨ ਚੇਂਜ ਕੀਤਾ ਨਹੀਂ ਨਹੀਂ ਸੁਣੋ ਸੁਣੋ ਪੰਚਾਇਤੀ ਕਾਨੂੰਨ ਨਹੀਂ ਨਹੀਂ ਸਰ ਇੱਕ ਵਾਰ ਪੰਚ ਕਿਉਂ ਨਹੀਂ ਹੈ ਮੁੱਦਾ ਪੰਚਾਇਤੀ ਕਾਨੂੰਨ ਚੇਂਜ ਕੀਤਾ ਕਰ ਲਾਂਗੇ ਤੁਸੀਂ ਜੀ ਆਪ ਹੁਤੇ ਦੇ ਆਓ ਸਰ ਤੁਸੀਂ ਕਿਹਾ ਕ੍ਰਿਮੀਨਲ ਪਾਰਲੀਮੈਂਟ ਚ ਮੈਂ ਕਿਹਾ ਉਹ ਕਾਨੂੰਨ ਸ਼ੁਰੂ ਹੋ ਗਿਆ ਉਹਨਾਂ ਨੇ ਜਿਹੜਾ ਪਰਚੇ ਦਰਜਾ ਉਹ ਸਾਰੇ ਕਿਸਵਾਰ ਉਥੇ ਪੰਜ ਸਰਪੰਚ ਬੜੇ ਅੱਛੇ ਲੋਕ ਚੁਣ ਕੇ ਆਏ ਆ ਔਰ ਸੁੱਲੀ-ਸੁੱਲੀ ਮੈਂ ਚਾਹਾਂਗਾ ਅਸੈਂਬਲੀ ਔਰ ਪਾਰਲੀਮੈਂਟਰੀ ਕਾਨੂੰਨ ਲਾਗੂ ਹੋਏ ਤਾਂ ਕਿ ਜਿਹੜੇ ਬੰਦੇ ਉਥੇ ਆਣ ਉਹਨਾਂ ਦੇ ਉੱਪਰ ਨਾ ਕੋਈ ਪਰਚਾ ਹੋਵੇ ਨਾ ਉਹਨਾਂ ਦਾ ਪਿਛੌਖੜ ਕੋਈ ਗਲਤ ਹੋਵੇ ਇਹ ਹੋਣਾ ਚਾਹੀਦਾ ਹੈ ਇਸੇ ਕੋਈ ਬੁਰੀ ਗੱਲ ਨਹੀਂ ਹੈ ਜੀ ਹੋ ਜਾਏਗਾ ਸਿਰਫ ਐਨੀ ਗੱਲ ਹੈ ਕਿ ਵੀ ਇਹ ਸਾਰੇ ਮੁੱਦੇ ਤੇ ਕੋਈ ਇਹੋ ਜਿਹੇ ਨਾਜ਼ੁਕ ਮਾਮਲੇ ਆ ਜਿਹੜੇ ਕਿਸੇ ਦੂਜੀ ਤਰ੍ਹਾਂ ਨੂੰ ਠੇਸ ਪਹੁੰਚਾਉਂਦੇ ਆ ਜਦੋਂ ਅਸੀਂ ਉਹਨਾਂ ਦੀ ਡਿਸਕਸਨ ਕਰਾਂਗੇ ਉਹ ਜਿਹੜੇ ਮੰਦਰ ਬਹੁਤ ਕੁਝ ਬੋਲਦੇ ਸੀਗੇ ਕਾਰ ਸੇਵਕਾਂ ਨੇ ਬੋਲੇ ਕਿ ਸੀਗਾ लाठी ਗੋਲੀ ਖਾएंगे ਮੰਦਰ ਵਹੀ ਬਣਾएंगे लाठी ਗੋਲੀ ਚਲਾएंगे ਤਾਂ ਨਹੀਂ ਬੋਲਿਆ ਉਹਨਾਂ ਨੇ ਕਿਸ ਨੂੰ ਮਾਰਿਆ ਤਾਂ ਨਹੀਂ ਕਿੰਨੇ ਲੱਖ ਕਾਰ ਸੇਵਕ ਉੱਥੇ ਗਏ ਕਿ ਉਹਨਾਂ ਨੇ ਕਿਸੇ ਕਿਥੇ ਕੋਈ ਦੰਗਾ ਕੀਤਾ ਕਿਸੇ ਨੂੰ ਮਾਰਿਆ ਉਹ ਕਹਿੰਦੇ ਹਾਂ ਸੋ ਸੋ ਪੁਆਇੰਟ ਪੁਆਇੰਟ ਇਹ ਹੈ ਨਾ ਦੇਖੋ ਤੁਸੀਂ ਕੋਈ ਵੀ ਨਹੀਂ ਚਾਹੇਗਾ ਕਿ ਮੁਲਕ ਦੇ ਅੰਦਰ ਕੋਈ ਪੁਆਇੰਟ ਪੁਆਇੰਟ ਇਹ ਹੈ ਕਿ ਪੁਆਇੰਟ ਇਹ ਹੈ ਕਿ ਤੁਸੀਂ ਜਿਹੜੀ ਇੱਕ ਗਵਰਨਮੈਂਟ ਆਈ ਹੈ ਇੱਕ ਪਾਰਟਿਕੂਲਰ ਆਈਡੀਓਲੋਜੀ ਦੇ ਤਹਿਤ ਨਿਕਲ ਕੇ ਲੋਗਾਂ ਦੀ ਆਈ ਹੈ ਉਹਦੇ ਪ੍ਰਤੀ ਕਿ ਇਨਟੋਲਰੈਂਸ ਹੈ ਹੁਣ ਉਹਨਾਂ ਨੂੰ ਡੈਮੋਕ੍ਰੈਟਿਕ ਵੇਚ ਇਲੈਕਸ਼ਨ ਸਿਸਟਮ ਦੇ ਨਾਲ ਤਾਂ ਹਿਲਾ ਨਹੀਂ ਪਾ ਰਹੇ ਉਹਨਾਂ ਨੂੰ ਤੇ ਇੱਕ ਇੱਕ ਮੈਨੂਫੈਕਚਰਡ ਜਾਇ ਹੈ ਕੈਂਪੇਨ ਓਕੇ ਓਕੇ ਜੀ ਬਿਲਕੁਲ ਤੁਸੀਂ ਤੁਹਾਡੇ ਫਿਊ ਪੁਆਇੰਟ ਆ ਗਿਆ ਜਿਹੜਾ ਹੈ ਮਜਿਟੇਰ ਜਿਸ ਮੁੱਦੇ ਤੇ ਤੁਸੀਂ ਅੱਪਾ ਗੱਲ ਕਰਦੇ ਆਂ ਕੁਝ ਲੋਕ ਇਹੋ ਜਿਹੇ ਜਿਹੜੇ ਜਾਣ ਬੁੱਝ ਕੇ ਇਸ ਤਰ੍ਹਾਂ ਦੀ ਕੈਂਪੇਨ ਚਲਾਉਂਦੇ ਆ ਮੁਲਕ ਦੇ ਅੰਦਰ ਜਿਨ੍ਹਾਂ ਤੁਸੀਂ ਵੀ ਗੱਲ ਕੀਤੀ ਹੈ ਕਿ ਬਾਬਰੀ ਦਾ ਮਸਜਿਦ ਬਵਾਦ ਦਾ ਟਾਂਚਾ ਹੈ ਚਾਹੇ ਉਹ ਮਸਜਿਦ ਹੈਗੀ ਹੈ ਇੱਕ ਮੁੱਦਾ ਹੈਗਾ ਜਿਸ ਉਹ ਪਾਰਲੀਮੈਂਟ ਦੇ ਵਿੱਚ ਵੀ ਜਾ ਸਕਦਾ ਸਾਡੇ ਕੋਲੇ ਪਾਰਲੀਮੈਂਟ ਹੈ ਲੀਗਲੀ ਇਸ਼ੂ ਆ ਸਕਦਾ ਅੱਜ ਇੱਕ ਫੈਸਲਾ ਹੋ ਗਿਆ ਹੈ ਹਾਈ ਕੋਰਟ ਨੇ ਉਥੇ ਕਿਹਾ ਕਿ ਰਾਮ ਟੈਂਪਲ ਹੈ ਹੁਣ ਫਰਦਰ ਸੁਪਰੀਮ ਕੋਰਟ ਤੇ ਗਿਆ ਓਕੇ ਓਕੇ ਪਰ ਇਸ਼ੂ ਹੈ ਜਿਹੜਾ ਹੈਗਾ ਫਾਈਨਲ ਹੋਣ ਵਾਲ ਨੂੰ ਜਾ ਰਿਹਾ ਉਸ ਮੁੱਦੇ ਤੇ ਜਦੋਂ ਇਦਾਂ ਯੂਨੀਵਰਸਿਟੀ ਚ ਬੈਠ ਕੇ ਕੁਝ ਲੋਕ ਬਹਿਸਾਂ ਕਰਦੇ ਆ ਉਹਦੇ ਤੇ ਸੈਮੀਨਾਰ ਕਰਵਾਉਂਦੇ ਆ ਇਹ ਲੱਗਦਾ ਨਹੀਂ ਕਿ ਕਿ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਸੀਂ ਇਸ ਤਰ੍ਹਾਂ ਮੈਂ ਮੈਂ ਹੀ ਗੱਲ ਕਰਨ ਇਸ ਤੇ ਹੋਣਾ ਚਾਹੁੰਦਾ ਜੋਸ਼ੀ ਸਾਹਿਬ ਨੇ ਕਿਹਾ ਜੀ ਕਿ ਉਥੇ ਸਾਰਿਆਂ ਨੇ ਅਮਨ ਮਾਰ ਨਾਲ ਕੀਤਾ ਇੱਕ ਇੰਗਲਿਸ਼ ਦਾ ਪ੍ਰਵਰਭਾ ਨੂੰ ਪੰਜਾਬੀ ਚ ਉਹਦਾ ਉਲ타 ਕਰਕੇ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਕਿ ਜੁਬਾਨ ਸਰੀਰ ਦਾ ਉਹ ਹਿੱਸਾ ਹਮ ਜਿਹੜਾ ਸਭ ਤੋਂ ਜਲਦੀ ਉੱਤੇ ਕੋਈ ਜ਼ਖਮ ਹੋ ਜੇ ਤੇ ਠੀਕ ਹੁੰਦਾ ਪਰ ਜੁਬਾਨ ਦੁਆਰਾ ਕੀਤਾ ਜ਼ਖਮ ਪੀੜੀਦਰ ਪੀੜੀ ਚੱਲਦਾ ਦੇਖੋ ਮਸਲਾ ਇਹ ਆ ਆਪਾਂ ਨੂੰ ਕੁਝ ਚੀਜ਼ਾਂ ਤੇ ਦੀ ਢੰਗਾਈ ਤੇ ਜਾਣਾ ਪਏਗਾ ਪਿਛੋਕੜ ਚ ਲਾ ਲਓ ਬਹੁਤ ਪਿੱਛੇ ਨਹੀਂ ਜਾਊਂਗਾ ਮਾਡਰਨ ਹਿਸਟਰੀ ਦੀ ਗੱਲ ਕਰੂੰਗਾ ਜੇ ਆਪਾਂ ਦੇਸ਼ ਦੀ ਆਜ਼ਾਦੀ ਦੀ ਗੱਲ ਕਰੀਏ ਜਾਂ ਦੇਸ਼ ਦੇ ਵਿੱਚ ਇੱਕ ਸਮਾਜਿਕ ਚੇਤਨਤਾ ਦੀ ਗੱਲ ਕਰੀਏ ਤੇ ਸਰ ਸૈયਦ ਅਹਿਮਦ ਖਾਂ ਜਿਨ੍ਹਾਂ ਨੇ ਅਲੀਗੜ੍ਹ ਮੁਸਲਿਮ ਸਕੂਲ ਬਣਾਇਆ ਜਿਹਨੂੰ ਅੱਜ ਕੱਲ ਏਐਮਯੂ ਕਹਿੰਦੇ ਨੇ ਤੇ ਉਹਨਾਂ ਦੇ ਸਿਰ ਦਾ ਮੁਲ ਕਿੰਨੇ ਰੱਖਿਆ ਮੁੱਲਾ ਜਿਹੜੇ ਸੀਗੇ ਉਸ ਵੇਲੇ ਦੇ ਕਾਜ਼ੀ ਕਿਉਂਕਿ ਉਹ ਲੋਕਾਂ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰ ਰਹੇ ਸੀਗੇ ਔਰ ਇਸੇ ਤਰ੍ਹਾਂ ਜੇ ਉਹਨਾਂ ਤੋਂ ਨੈਕਸਟ ਆਜੋ ਤੇ ਤੁਸੀਂ ਇਹ ਦੇਖੋ ਮੁਹੰਮਦ ਅਲਾਮਾ ਇਕਬਾਲ ਔਰ ਜੇ ਉਹ ਤੋਂ ਅਗਿਆ ਜੋ ਮੁਹੰਮਦ ਅਲੀ ਜਿਨਾ ਮੈਂ ਤਿੰਨਾਂ ਦੇ ਬਾਰੇ ਰੈਫਰੈਂਸਸ ਦੇਣੇ ਚਾਹਨਾ ਕਿ ਬੇਸਿਕਲੀ ਦੇ ਵਰ ਬੋਰਨ ਨੈਸ਼ਨਲਿਸਟ ਉਹਨਾਂ ਨੇ ਬਾਅਦ ਦੇ ਵਿੱਚ ਕੀ ਲਿਖਿਆ ਇਕਬਾਲ ਪਹਿਲਾਂ ਤੇ ਲਿਖ ਰਹੇ ਨੇ ਤਰਾਨਾ ਹਿੰਦੀ ਤੇ ਬਾਅਦ ਚੋਂ ਤਰਾਨਾ ਮਿੱਲੀ ਲਿਖ ਰਹੇ ਨੇ ਔਰ ਮੁਹੰਮਦ ਅਲੀ ਜਿਨਾ ਜਿਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਇਹ ਗੱਲ ਕਹੀ ਕਿ ਤੁਸੀਂ ਕੈਲੀਫ ਜਿਹੜੀ ਤੁਰਕੀ ਦੇ ਖਲੀਫੇ ਦੇ ਹੱਕ ਚ ਮੂਵਮੈਂਟ ਚੱਲੀ ਸੀ ਕਿ ਕਾਂਗਰਸ ਇੱਕ ਸੈਕੂਲਰ ਆਰਗੇਨਾਈਜੇਸ਼ਨ ਸਾਨੂੰ ਨੂੰ ਸਪੋਰਟ ਵੀ ਕਰਨੀ ਚਾਹੀਦੀ ਉਹ ਅਖੀਰ ਚ ਆਣ ਕੇ ਪਾਕਿਸਤਾਨ ਦੀਆਂ ਗੱਲਾਂ ਕਰਨ ਲੱਗੇ ਕਿਤੇ ਨਾ ਕਿਤੇ ਮਨ ਨੂੰ ਉਹਦੀ ਭਾਵਨਾ ਨੂੰ ਜ਼ਰੂਰ ਠੇਸ ਪਹੁੰਚੀ ਹੋਏਗੀ ਲਾਲਪਰੇ ਜਦੋਂ ਉਸ ਮੁੱਦੇ ਤੇ ਆਪਾਂ ਗੱਲ ਕਰਦੇ ਆ ਇਹਦੇ ਚ ਰਿਲੀਜੀਅਸ ਇਨਟੋਲਰੈਂਸ ਜੀ ਇਹ ਵੀ ਬੜਾ ਵੱਡਾ ਮਾਮਲਾ ਜਦੋਂ ਆਪਾਂ ਬਾਬਰੀ ਮਸਜਿਦ ਦੇ ਵਾਅਦੇ ਢਾਂਚੇ ਦੀ ਗੱਲ ਕਰਦੇ ਆ 84 ਦੇ ਜਿਹੜੇ ਹੈਗੇ ਅਟੈਕ ਉਹਨਾਂ ਦੀ ਗੱਲ ਕਰਦੇ ਆ ਇੰਨਾ ਸਾਰੇ ਮੁੱਦਿਆਂ ਤੇ ਜਦੋਂ ਸਾਡੇ ਮੁਲਕ 'ਚ ਇਸ ਤਰ੍ਹਾਂ ਦੀ ਗੱਲ ਜੜੀ ਫੈਲਦੀ ਹੈ ਤਾਂ ਇੱਕ ਜਿਹੜੀ ਘਟ ਜਾਂਦੀ ਹੈ ਉਹਦੇ 'ਚ ਇਨਸਿਕਿਉਰਟੀ ਦੀ ਫੀਲਿੰਗ ਨਹੀਂ ਪੈਦਾ ਹੁੰਦੀ ਗੱਲ ਇਹ ਹੈ ਜੀ ਪਹਿਲਾਂ ਕਿ ਅਸੀਂ ਇਸ ਮੁਲਕ ਦੇ ਵਾਸੀ ਹੈਗੇ ਆ ਕਿ ਨਹੀਂ ਹੈਗੇ ਸਿੱਧੂ ਸਾਹਿਬ ਬਿਲਕੁਲ ਹੋ ਰਹੀ ਹੈ ਗੱਲ ਇਹ ਹੈ ਕਿ ਅਸੀਂ ਇਹਦੀ ਪਹਿਲੇ ਜਾਈਏ ਲੰਮھوں ਨੇ ਖਤਾ ਕੀਤੀ ਸਦੀਆਂ ਦੇ ਸਜ਼ਾ ਪਾਈ ਇਹ ਅਸੀਂ ਫੜਿਆ ਕਿਉਂ ਜਿਹੜੀਆਂ 3 ਨੇਸ਼ਨ ਫਾਰਮੂਲਾ 1935 ਚ ਅੰਗਰੇਜ਼ ਨੇ ਦਿੱਤਾ ਸੀ ਮੁਸਲਮਾਨ ਹਿੰਦੂ ਤੇ ਸਿੱਖਾਂ ਦਾ ਅਸੀਂ ਉਹਨੂੰ ਮੰਨ ਕੇ ਲਿਆ ਇਹਨੂੰ ਕਾਂਗਰਸ ਨੇ ਮੰਨ ਲਿਆ ਉਦੋਂ ਕਿ ਠੀਕ ਹੈ ਜੀ ਅਸੀਂ ਨਾਲ ਆ ਫੇਰ ਮੁੜ ਕੇ ਇਹਨਾਂ ਨੇ ਸਿੱਖ ਉਹਨਾਂ ਨੂੰ ਵੀ ਜੋੜਨ ਦੀ ਗੱਲ ਕੀਤੀ ਅੱਜ ਤੱਕ ਅਸੀਂ ਉਸੇ ਚੱਕਰ ਲਪੇਟੇ ਛਗੇ ਆ ਗੱਲ ਇਹ ਹੈ ਕਿ ਕਿਸੇ ਨੇ ਇਹਨੂੰ ਚੰਗੇ ਢੰਗ ਨਾਲ ਸੁਲਝਾਉਣ ਦੀ ਅੱਜ ਤੱਕ ਮਿਹਨਤ ਕਦੇ ਨਹੀਂ ਕੋਸ਼ਿਸ਼ ਕੀਤੀ ਵੇਖੀ ਕਿਉਂਕਿ ਜੇ ਅਸੀਂ ਚਾਹੀਏ ਸਾਰੇ ਲੋਕਾਂ ਨੂੰ ਮਿਲ ਬੈਠ ਕੇ ਤੇ ਸਾਰੇ ਸਮੱਸਿਆਵਾਂ ਦਾ ਹੱਲ ਹੋ ਸਕਦੀ ਹੈ ਲਾ ਤਾਂ ਉਹਨਾਂ ਕੋਲ ਜਾਂਦਾ ਪੋਲਿਟਿਸ਼ੀਅਨ ਪੋਲੀਟਿਸ਼ੀਅਨ ਇਹ ਤਾਂ ਲਾਇਸੈਂਸ ਵੀ ਵੰਡ ਦਿੰਦੇ ਆ ਵੀ ਕਿ ਇਹਨੂੰ ਆਪਣੀ ਮਰਜ਼ੀ ਦੇ ਬੰਦੇ ਨੂੰ ਦੇ ਦੇਣਾ ਦੂਜੇ ਨੂੰ ਡਰਾਈਵਿੰਗ ਲਾਇਸੈਂਸ ਵੀ ਨਹੀਂ ਦੇਣਾ ਦੂਜੇ ਦੀ ਤਾਂ ਗੱਲ ਹੀ ਛੱਡੋ ਤੇ ਲੇਕਿਨ ਜਿਹੜੀਆਂ ਆਮ ਮਸਲੇ ਆ ਇਹ ਦੇਖੇ ਜਾਂਦੇ ਵੋਟਰਾਂ ਰਾਈ ਕਿਵੇਂ ਬਣਦੇ ਆ ਜਾਤ ਪਾਤ ਰਾਈ ਹੋ ਸਕਦੀ ਹੈ ਧਰਮ ਨਾਲ ਰਾਈ ਹੋ ਸਕਦੀ ਹੈ ਜਾਂ ਕਿਹੜਾ ਤਰੀਕਾ ਹੈ ਅਸੀਂ ਇਹਨਾਂ ਨੂੰ ਵਰਤ ਕੇ ਵੋਟਾਂ ਵੰਡੀਆਂ ਜਾਣ ਜਦੋਂ ਤੱਕ ਵੋਟਾਂ ਨਾਲ ਆਪਾਂ ਇਹਨੂੰ ਜੋੜਦੇ ਰਵਾਂਗੇ ਔਰ ਜਿਹੜੀਆਂ ਗੱਲਾਂ ਹੁੰਦੀਆਂ ਨੇ ਦੇਖੋ ਗੱਲ ਇਹ ਹੈ ਕਿ ਕੋਈ ਵੀ ਮਰਦਮਸ਼ਵਾਰੀ ਹੁੰਦੀ ਹੈ ਸਰਕਾਰੀ ਨੌਕਰੀ ਹੁੰਦੀ ਹੈ ਪਹਿਲਾਂ ਜਾਤ ਲਿਖੀ ਜਾਂਦੀ ਹੈ ਥਾਣੇ ਦੇ ਵਿੱਚ ਕਿਸੇ ਦਾ ਸਾਈਕਲ ਚੋਰੀ ਹੋ ਜਾਵੇ ਤੇ ਜਾਤ ਲਿਖੀ ਜਾਂਦੀ ਹੈ ਉਨੇ ਸੈਕਲ ਜਾਤ ਦਾ ਬਰਾਮਦ ਕਰਨਾ ਕਿ ਕਿਸੇ ਬੰਦੇ ਦਾ ਬਰਾਮਦ ਕਰਨਾ ਸ਼ਾਇਦ ਵੋਟਰਾਂ ਵੋਟਰਾਂ ਦੇ ਬਾਰੇ ਵੀ ਜਿਹੜੇ ਸਾਡੇ ਪੋਲੀਟਿਸ਼ੀਅਨਾਂ ਨੇ ਕਿਹਾ ਵੀ ਪਹਿਲਾਂ ਜਾਤ ਤੋਂ ਪਹਿਲਾਂ ਸੀਆਈਡੀ ਵਾਲਿਆਂ ਤੋਂ ਕਰਾਉਂਦੇ ਕਿਹੜੀ ਜਾਤ ਦੀਆਂ ਕਿੰਨੀਆਂ ਵੋਟਾਂ ਤੇ ਉਹ ਕਿੰਨੀਆਂ ਉਸ ਜਾਤ ਲਈ ਕੀ ਕਰਨਾ ਹੈ ਅੱਜ ਅਸੀਂ ਕਹਿੰਦੇ ਸ਼ੁਰੂ ਤੋਂ ਕਿਸੇ ਨੇ ਉਦਮ ਨਹੀਂ ਕੀਤਾ ਜੇ ਅਸੀਂ ਇੰਦਰਾ ਨਿਵਾਸ ਯੋਜਨਾ ਬਣਾਈ ਤੇ ਗਰੀਬਾਂ ਦੇ ਘਰ ਜਿਹੜੇ ਆ ਉਹ ਪਿੰਡੋਂ ਬਾਹਰ ਕੱਢ ਦਿੱਤੇ ਚਾਹੀਦਾ ਤਾਂ ਉਹਨਾਂ ਨੂੰ ਪਿੰਡ ਨਾਲ ਇੱਕਮਿਕ ਕਰਨ ਦਾ ਸੀ ਉਹ ਨਾ ਵੀ ਕੌਣ ਲੀਆਂ ਵਖਰੀਆਂ ਤਾਂ ਨਹੀਂ ਨਾ ਬਣਾਉਂਦਾ ਜੀ 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 ਬਿਲਕੁਲ ਬਿਲਕੁਲ ਲਾਲਪੁਰਾ ਜੀ ਵਾਜਿਬ ਗੱਲ ਜਿਹੜੀ ਹੈਗੀ ਹੈ ਇੱਕ ਇੰਪੋਰਟੈਂਟ ਕੁਐਸਚਨ ਜਿਹੜਾ ਹੈਗਾ ਤੁਸੀਂ ਇਸ ਬੈਸ ਦੇ ਵਿੱਚ ਜਰੂਰ ਤੁਹਾਡੇ ਤੋਂ ਲੈਣਾ ਚਾਹਾਂਗਾ ਕਿ ਪੋਲੀਟੀਕਲ ਤੌਰ ਤੇ ਇਨਟੋਲਰੈਂਸ ਅਸੀਂ ਸਾਡੀ ਪਾਰਲੀਮੈਂਟ ਠੱਪ ਹੁੰਦੀ ਹੈ ਸਾਡੀਆਂ ਜਿਹੜੀਆਂ ਵਿਧਾਨ ਸਭਾ ਚ ਖਪਖਾਨਾ ਹੁੰਦਾ ਮਜੀਠੀਏ ਜੀ ਇੱਥੇ ਬੈਠੇ ਆ ਅਕਸਰ ਇਹ ਕਿਹਾ ਜਾਂਦਾ ਹੈ ਕਿ ਵਿਰੋਧੀ ਧਿਰ ਤੇ ਇਸ ਤਰ੍ਹਾਂ ਦੇ ਕੇਸ ਬਣਾਏ ਜਾਂਦੇ ਆ ਜੇ ਆਪਾਂ ਛੋਟੀ ਜੀ ਗੱਲ ਕਰੀਏ ਤੇ ਪਿਛਲੇ ਦਿਨਾਂ ਚ ਪੰਜਾਬ ਚ ਜਿਹੜਾ ਸੰਜੇ ਸਿੰਘ ਆਮ ਆਦਮੀ ਪਾਰਟੀ ਦੇ ਨੇਤਾ ਉਹਦੇ ਮੇਰੇ ਖਿਆਲ ਪੰਜਾਬ ਚ ਕਈ ਥਾਵਾਂ ਤੇ ਕੇਸ ਦਰਜ ਕਰ ਦਿੱਤੇਗੇ ਕਿਸੇ ਜਿਹੜੇ ਪੰਜਾਬ ਚ ਆਉਂਗੇ ਤੇ ਤੁਹਾਡੇ ਨਾਲ ਇਹੋ ਜਿਹਾ ਹਸ਼ਰ ਹੋਏਗਾ ਇਹ ਇਨਟੋਲਰੈਂਸ ਪ politcal ਤੌਰ ਤੇ ਵੀ ਇੱਕ ਬਹੁਤ ਵੱਡਾ ਮੁੱਦਾ ਨਹੀਂ ਆਪਣੇ ਆਪ ਚ ਕਿ ਜਦੋਂ ਅਸੀਂ ਪਾਵਰ ਚ ਹੁੰਨੇ ਆ ਅਪਰੋਚ ਹੋਰ ਜਦੋਂ ਅਸੀਂ ਬਾਹਰ ਹੁੰਨੇ ਆ ਤਾਂ ਅਸੀਂ ਜਿਹੜਾ ਹੈਗਾ ਹੋਰ ਗਿੰਦੀ ਲੱਗਦਾ ਜੀ ਤੁਸੀਂ ਗੱਲ ਨੂੰ ਨਾ ਗਲਤ ਤਰੀਕੇ ਰੱਖਿਆ ਜੀ ਕੋਈ ਪਰਚੇ ਦਰਜ ਨਹੀਂ ਹੋਇਆ ਇੱਕ ਮਿੰਟ ਪਲੀਜ਼ ਪਲੀਜ਼ ਨਹੀਂ 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 ਗਲਤ ਰੱਖਿਆ ਗਲਤ ਰੱਖਿਆ ਨਾ ਬਿਲਕੁਲ ਬਿਲਕੁਲ ਨਹੀਂ ਸਮਝਣ ਦੀ ਨਹੀਂ ਕਿਉਂ ਕੀ ਗਲਤ ਸਮਝਾਓ ਜੇ ਕੋਰਟ ਚ ਕੇਸ ਕੀਤਾ ਹੈ ਥਾਣੇ ਪਰਚਾ ਥੋੜੀ ਦਰਜ ਕੀਤਾ ਹੈ ਕੋਰਟ ਚ ਕੇਸ ਕੀਤਾ ਹੈ ਥਾਣੇ 'ਚ ਪਰਚਾ ਦਰਜ ਨਾ ਕੋਰਟ 'ਚ ਕੇਸ ਕਰਨਾ ਤੁਹਾਨੂੰ ਕਿਹਨੇ ਰਾਈਟ ਦਿੱਤਾ ਵੀ ਤੁਸੀਂ ਕਿਸੇ ਬਾਰੇ ਵੀ ਉਲਟਾ ਬੋਲ ਸਕਦੇ ਹੋ ਠੀਕ ਹੈ ਤੁਸੀਂ ਕਿਸੇ ਬਾਰੇ ਵੀ ਅਲੀਗੇਸ਼ਨ ਲਗਾ ਸਕਦੇ ਹੋ ਔਰ ਤੁਹਾਡੀ ਆਪ ਵੀ ਕਹਿੰਦੇ ਹੋ ਡੈਮਿਗਰੇਟੀ ਰਾਈਟ ਆ ਗੱਲ ਕਹਿੰਦਾ ਕੋਈ ਵੀ ਬੰਦਾ ਇਸ ਕੰਟਰੀ 'ਚ ਆਪਣੀ ਗੱਲ ਕਹਿ ਸਕਦਾ ਹੈ ਫੇਰ ਠੀਕ ਹੈ ਨਾ ਫੇਰ ਤੁਸੀਂ ਕਿਉਂ ਕਹਿ ਰਹੇ ਹੋ ਕਿ ਉਹਨੇ ਪਰਚਾ ਦਰਜ ਕੀਤਾ ਹੈ ਗਲਤ ਹੈ ਪਰਚਾ ਦਰਜ ਨਹੀਂ ਹੋਇਆ ਕੋਰਟ 'ਚ ਕੰਪਲੇਂਟ ਹੋਈ ਹੈ ਕੋਰਟ ਨੇ ਕੰਪਲੇਂਟ ਨੂੰ ਐਂਟਰਟੇਨ ਕੀਤਾ ਹੈ ਡੇਫਰਮੇਸ਼ਨ ਦੀ ਗੱਲ ਹੈ ਅਗਰ ਸੰਜੇ ਸਿੰਘ ਜੀ ਕੋਲ ਉਹਦੇ ਉਸ ਪਾਰਟਿਕੂਲਰ ਦੇ ਖਿਲਾਫ ਉਹਦੇ ਕੋਲ ਪੁਆਇੰਟਸ ਹੈਗੇ ਨੇ ਮੈਟਰ ਆਫ ਕੋਰਟ ਚ ਲੈਵੇ ਹੁਣ ਉਹ ਸਮਨ ਰੀਸੀਵ ਨਹੀਂ ਕਰ ਰਿਹਾ ਨਠ ਰਿਹਾ ਕਿਉਂ ਨਠ ਰਿਹਾ ਕਰੇ ਨਾ ਤੁਸੀਂ ਗੱਲ ਤੁਸੀਂ ਗੱਲ ਕਿੱਥੋਂ ਸ਼ੁਰੂ ਕੀਤੀ ਹੈ ਪਲੀਜ਼ ਕਰੈਕਟ ਜੀ ਤੁਸੀਂ ਗੱਲ ਸ਼ੁਰੂ ਕੀਤੀ ਹੈ ਕਿਸੇ ਨਾਲ ਇਨਟੋਲਰੈਂਟ ਹੋ ਰਹੀ ਹੈ ਉਹਨਾਂ ਨੇ ਪਰਚੇ ਦਰਜ ਨਹੀਂ ਕੀਤੇ ਨਹੀਂ ਪਲੀਜ਼ ਜਗਤਾਰ ਜੀ ਪਰਚੇ ਦਰਜ ਨਹੀਂ ਕੀਤੇ ਨਹੀਂ ਨਹੀਂ ਕਿਉਂ ਪਰਚੇ ਕਿੱਥੇ ਦਰਜ ਹੋਏ ਸਮਝਾਓ ਇਹ ਚੀਜ਼ ਜੋ ਪੁੱਛਦੇ ਹੋ ਪਲੀਜ਼ ਜਗਤਾਰ ਜੀ ਪਰਚੇ ਤੁਸੀਂ ਆਪਣੀ ਗੱਲ ਕਹੋ ਆਪਣੀ ਗੱਲ ਕਹੋ ਸੰਜੇ ਸਿੰਘ ਵਾਲੀ ਕੇਸ 'ਚ ਪਰਚੇ ਕਿੱਥੇ ਦਰਜ ਪਰ ਕਿਤੇ ਕਿਤੇ ਦਰਜ ਹੋਏ ਸੰਜੇ ਸਿੰਘ ਦੇ ਖਿਲਾਫ ਕਾਂਗਰਸ ਕਹਿੰਦੀ ਹੈ ਕਿ ਐਨਆਰਓ ਦੀਆਂ ਦੇ 25000 ਰੁਪਏ ਆਪਣੇ ਆਪ ਦੇ ਵਿੱਚ ਜਕਤਾ ਜੀ ਤੁਸੀਂ ਗੱਲ ਸ਼ੁਰੂ ਕੀਤੀ ਕਿ ਸੰਜੇ ਸਿੰਘ ਦੇ ਖਿਲਾਫ ਪਰਚੇ ਦਰਜ ਹੋਏ ਕਿਉਂਕਿ ਸਾਡੇ ਓਵਰ ਸੀਜ਼ ਲੋਗ ਆਪ ਦੇ ਫੇਵਰ ਜਾਂਦੇ ਨੇ ਸੁਣਦੇ ਨੇ ਸੰਜੇ ਸਿੰਘ ਦੇ ਖਿਲਾਫ ਪੰਜਾਬ 'ਚ ਪਰਚੇ ਕਿੱਥੇ ਦਰਜ ਹੋਏ ਮੈਨੂੰ ਸਮਝਾਓ ਕੋਰਟ 'ਚ ਕੇਸ ਫਾਈਲ ਹੋਇਆ ਕਿਉਂਕਿ ਉਹਨੇ ਇੱਕ ਪਾਰਟिकुलर ਲੀਡਰ ਨੂੰ ਡਰੱਗ ਪੈਟਲ ਡਰੱਗਸ ਸਮਗਲਰ ਕਿਹਾ ਉਹ ਪਾਰਟिकुलर ਇੰਟਰਨੈਟ ਅਕਾਊਂਟ ਬਣਾ ਗਿਆ ਡੇਫਮੇਸ਼ਨ ਸੂਟ ਫਾਈਲ ਕੀਤਾ ਹੁਣ ਸੰਜੇ ਸਿੰਘ ਉਸ ਤੋਂ ਨਟ ਰਿਹਾ ਹੈ ਉਹ ਕਿਉਂ ਨਟ ਰਿਹਾ ਹੈ ਤੁਸੀ ਲੱਗਦਾ ਕਿ ਇੱਥੇ ਵੀ ਚਾਹੁੰਦੇ ਨੇ ਕਿ ਸੰਜੇ ਸਿੰਘ ਦੇ ਖਿਲਾਫ ਮੈਂ ਮਜੀਠੀਆ ਜੀ ਮਜੀਠੀਆ ਜੀ ਮੈਂ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਮੈਂ ਜਰੂਰ ਜਾਣਨਾ ਚਾਹ ਕਿ ਪੰਜਾਬ ਦੇ ਅੰਦਰ ਵਿਰੋਧੀਆਂ ਦੇ ਪਰਚੇ ਦਰਜ ਕੀਤੇ ਜਾ ਰਹੇ ਆ ਇਸੇ ਤਰ੍ਹਾਂ ਦਿੱਲੀ ਦੇ ਚੀਫ ਮਿਨਿਸਟਰ ਜਦੋਂ ਇੱਥੇ ਮੁਕਸਰ ਦੇ ਮਾਗੀ ਦੇ ਮੇਲੇ ਤੇ ਆਏ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਟੈਕਨੀਕਲੀ ਕਿਤੇ ਕੋਰਚ ਹੋਇਆ ਕਿਤੇ ਪੁਲਿਸ ਚ ਹੋਇਆ ਕਿਉਂਕਿ ਇੱਕ ਪਰਚਾ ਨਹੀਂ ਹੈ ਜੀ ਸਰ ਜੀ ਟੈਕਨੀਕਲੀ ਜੀ ਇੱਕ ਪਰਚਾ ਨਹੀਂ ਹੈ ਉਹਨਾਂ ਨੂੰ ਕਿਨੇ ਰਾਈਟ ਦਿੱਤਾ ਕਿਸੇ ਕਿਸੇ ਨੂੰ ਡਿਫੇਮ ਕਰੋ ਕਿਸੇ ਦੇ ਬਾਰੇ ਵਿੱਚ ਉਲਟਾ ਬੋਲੋ ਜਾਂ ਤੁਹਾਨੂੰ ਐਵੀਡੈਂਸ ਨਹੀਂ ਹੈ ਉਹ ਡਰਗਸ ਮਗਲ ਰਿਹਾ ਐਵੀਡੈਂਸ ਆਵੇ ਨਾ ਵੀਡੀਓ ਦਿਖਾਵੇ ਨਾ ਬੋਲਣ ਨਾਲ ਥੋੜੀ ਹੋ ਜਾਂਦਾ ਆਮ ਆਦੀ ਪਾਰਟੀ ਦਾ ਪੈਟ ਨਹੀਂ ਬਣਿਆ ਕਿ ਜਿੱਥੇ ਜਾਓ ਪੱਥਰ ਸੁੱਟੋ ਤੇ ਨੱਟ ਜਾਓ ਓਕੇ ਹੋ ਗਿਆ ਜੀ ਓਕੇ ਥੈਂਕ ਯੂ ਵੈਰੀ ਮਚ ਮੈਂ ਬੇਨਤੀ ਕਰਨੀ ਚਾਹੁੰਦਾ ਮੈਂ ਜੋਸ਼ੀ ਸਾਹਿਬ ਨੂੰ ਇਹਦੀ ਜਾਣਕਾਰੀ ਚ ਕੁਝ ਵਾਦਾ ਕਰਨਾ ਚਾਹਾਂਗਾ ਕਿ ਐਸੀ ਗੱਲ ਨਹੀਂ ਬਾਕੀ ਕਿਸੇ ਨਹੀਂ 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 ਮੈਂ ਨਹੀਂ ਜੋਜੀ ਅਭੀ ਅੰਤਿਮ ਸੱਦੇ ਸਮਾਵੀ ਗੱਲ ਸੱਜੀ ਜੀ ਮੇਰੀ ਬਹਿਸ ਜੋਜੀ ਜੀ ਜੋਜੀ ਜੀ ਐਂਕਰ ਮੈਂ ਆਇਆ ਮੈਨੂੰ ਜ਼ਿੰਮੇਵਾਰੀ ਨਿਭਾਉਣ ਦਿੰਦੇ ਆਪਣੇ ਗੱਲ ਕਰਾ ਜੀ ਸੱਜੇ ਸਿੰਘ ਦੇ ਕੰਟੈਕਸਟ ਚ ਗੱਲ ਉਹ ਕਿ ਉਹ ਕਰਨੇ ਜਿਹੜੇ ਮੁੱਦੇ ਤੇ ਸੰਜੀਤ ਸਿੰਘ ਜੀ ਤੇ ਪਰਚਾ ਦਰਜ ਕੀਤਾ ਗਿਆ ਸਿਰਫ ਆਪਣਾ ਜਿਹੜਾ ਕੋਰਟ ਦੇ ਵਿੱਚ ਮੂਵ ਹੋਇਆ ਹਰ ਇੱਕ ਦਾ ਫੰਡਾਮੈਂਟਲ ਰਾਈਟ ਹੈ ਮੈਂ ਆਖੋਦ ਲਾਗਰੇਜੂਏਟ ਹਾਂ ਕਿ ਕੋਈ ਵੀ ਬੰਦਾ ਜੇ ਕੋਈ ਮਹਿਸੂਸ ਕਰੇ ਕਿ ਵੀ ਮੇਰੇ ਮੇਰੀ ਜਿਹੜੀ ਇੱਜ਼ਤ ਹਨ ਖਾਇਆ ਮੇਰੀ ਜਿਹੜੀ ਗਰਮਾ ਆ ਉਹਦੇ ਤੇ ਕਿਸੇ ਨੇ ਠੇਸ ਪਚਾਈ ਆ ਤੇ ਉਹ ਮਾਨਾ ਨਹੀਂ ਦਾ ਕੇਸ ਕਰ ਸਕਦਾ ਉਹ ਫੰਡਾਮੈਂਟਲ ਰਾਈਟ ਆ ਔਰ ਉਹ ਵਿਕਰਮ ਸਿੰਘ ਉਹਨਾਂ ਦਾ ਵੀ ਫੰਡਾਮੈਂਟਲ ਰਾਈਟ ਆ ਨੋ ਡਾਊਟ ਇਨ ਇਟ ਪਰ ਕਰਨ ਤੋਂ ਬਾਅਦ ਜਿਹੜਾ ਪ੍ਰੈਸ ਨੂੰ ਉਹ ਮੁਖਾਤਬ ਹੋਇਆ ਤੇ ਜਿਹੜੀ ਬਾਡੀ ਲੈਂਗੁਏਜ ਸੀ ਵਿਕਰਮ ਸਿੰਘ ਉਹਨਾਂ ਦੀ ਤੇ ਜਿਹਦੇ ਚ ਇਹ ਕਹਿ ਗਿਆ ਕਿ ਇਹਨੂੰ ਯੂਪੀ ਭੇਜ ਕੇ ਛੱਡੂਗਾ ਮੈਂ ਉਹ ਗੱਲ ਗੱਲ ਸਿੰਪਲ ਨਹੀਂ ਆ ਗੱਲ ਮੈਂ ਵਾਦਾ ਕਰਦੇ ਆ ਇਹ ਵੀ ਕਿਹਾ ਗਿਆ ਮਾਗੀ ਦੇ ਮੇਲੇ ਦੇ ਉੱਤੇ ਕਿ ਟੋਪੀਆਂ ਵਾਲਿਆਂ ਨੂੰ ਸਾਫ਼ ਕਰ ਦਾਂਗੇ ਸਾਫ਼ ਕਰ ਦੇ ਟੋਪੀ ਸਾਰੇ ਜਿੰਦਾ ਕਈ ਕਈ ਮੈਂ ਮੈਂ ਇੱਕ ਬੇਨਤੀ ਕਰਨੀ ਚਾਹਨਾ ਸੰਜੇ ਸਿੰਘ ਉਹਨਾਂ ਨੇ ਤਾਂ ਹੁਣੇ ਗੱਲ ਕੀਤੀ ਰੇਤਾ ਦੇ ਮੁੱਦੇ ਤੇ ਔਰ ਡਰੱਗਸ ਦੇ ਮੁੱਦੇ ਤੇ ਮੈਂ ਸਪੈਸੀਫਿਕਲੀ ਹਮੇਸ਼ਾ ਇਹ ਗੱਲ ਕਹੀ ਆ ਮੈਂ 8500 ਕਰੋੜ ਦਾ ਸਕੈਂਡਲ ਸਭ ਤੋਂ ਪਹਿਲਾਂ 2011 ਦੇ ਵਿੱਚ ਸੈਪਟੰਬਰ 2011 ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਕੀਤਾ ਸੀ ਮੈਨੂੰ ਵਿਕਰਮ ਸਿੰਘ ਹੁਣਾਂ ਕਿਹਾ ਸੀਗਾ ਕਿ ਡਿਫਰਮੇਸ਼ਨ ਕਰਨਗੇ ਮੈਂ ਉਦੋਂ ਵੀ ਕਿਹਾ ਸੀਗਾ ਵੀ ਕਰੋ ਮੇਰੇ ਤੇ ਮੈਂ ਡਰੱਗਸ ਦੇ ਮੁੱਦੇ ਤੇ ਵੀ ਵਿਕਰਮ ਸਿੰਘ ਹੁਣ ਔਰ ਮੈਂ ਅੱਜ ਵੀ ਸਾਥ ਸੁਖਬੀਰ ਸਿੰਘ ਬਾਦਲ ਚਲੋ ਵੱਡੇ ਬਾਦਲ ਸਾਹਿਬ ਐਸ ਵੇਲੇ ਸਿਹਤਯਾਬ ਨਹੀਂ ਗਏ ਮੈਂ ਉਹਨਾਂ ਨੂੰ ਹਮੇਸ਼ਾ ਇੱਕ ਗੱਲ ਕਹਿਣਾ ਕਿ ਤੁਸੀਂ ਔਨ ਰਿਕਾਰਡ ਕਉਕੇ ਇਥੇਨ ਕੇ ਮੋਦੀ ਜੀ ਨੇ ਵੀ ਕਿਆ ਸੀਗਾ ਬੜੇ ਮੈਂ ਮਹਿਸੂਸ ਕਰਦਾ ਵੀ ਉਹਨਾਂ ਨੇ شدت ਨਾਲ ਫੀਲ ਕੀਤਾ ਸੀਗਾ ਪੰਜਾਬ ਡਰੱਗਸ ਤੋਂ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਆ ਔਰ ਅੱਜ ਸਾਰੀਆਂ ਭਾਵੇਂ ਕੋ ਜਿੰਨੀ ਮਰਜ਼ੀ ਬਹਿਸ ਕਰੇ ਤੇ ਮੈਂ ਕਿਆ ਸੀ ਖੋਲ ਲੜ ਰਿਹਾ ਮੈਂ ਮੈਂ ਬੇਨਤੀ ਕਰ ਰਿਹਾ ਮੈਂਹੀ ਗੱਲ ਕਰ ਰਿਹਾ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਵੀ ਮੋਦੀ ਜੀ ਰਾਜਨਾਥ ਸਿੰਘ ਜੀ ਸਾਹ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਔਨ ਰਿਕਾਰਡ ਕਹਿਣ ਔਨ ਰਿਕਾਰਡ ਕਿ ਅਸੀਂ ਇੰਟਰਪੋਲ ਦੀ ਕਿਆਦਤ ਦੇ ਵਿੱਚ सीबीआई ਇਨਕੁਆਇਰੀ ਕਰਾਵਾਂਗੇ ਕਿਉਂਕਿ ਇਹਦਾ ਡਰੱਗ ਦੀਆ ਤੇ ਮੈਂ ਇਹਨਾਂ ਦੇ ਨਾਮ ਦਵਾਂਗਾ ਮੈਂ ਇਕੱਲੇ ਲੀਡਰ ਸਹਿਬਾਨ ਦੇ ਨਾਮ ਦਵਾਂਗਾ ਆ ਗਿਆ ਜਿਹੜੇ ਡਰੱਗ ਇਨਵੋਲ ਨੇ ਔਰ ਸਾਬਿਕਰਮ ਸਿੰਘ ਅਤੇ ਡਿਫੇਮੇਸ਼ਨ ਕੇਸ ਫਾਈਲ ਮੈਂ ਜੀ ਥੈਂਕ ਯੂ ਵੈਰੀ ਮਚ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਅਸੈਂਸ਼ੀਅਲਤਾ ਦੇ ਮੁੱਦੇ ਤੇ ਜਿਹੜੀ ਚਰਚਾ ਕੀਤੀ ਹੈ ਸਾਡੇ ਮਹਿਮਾਨਾਂ ਦੀ ਇਹਦੇ ਬਾਰੇ ਕੋਈ ਦੋ ਰਮ ਨਹੀਂ ਕਿ ਮੁਲਕ ਦੇ ਰਾਸ਼ਟਰਪਤੀ ਨੇ ਜਿਹੜੀ ਟਿੱਪਣੀ ਕੀਤੀ ਹੈ ਉਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਇਹ ਗੱਲ ਵੀ ਬੜੀ ਸਹੀ ਹੈ ਕਿ ਸਾਡਾ ਮੁਲਕ ਇੱਕ ਵਨਸਵਨਤਾ ਦਾ ਮੁਲਕ ਹੈ ਜੇ ਅਸੀਂ ਸਾਰੇ ਮੁਲਕ ਨੂੰ ਆਪਣੇ ਘਰ ਦੀ ਤਰ੍ਹਾਂ ਦੇਖਦੇ ਹਾਂ ਉਸ ਘਰ ਦੀਆਂ ਨੀਂਹ ਇਸ ਵਨਸਵਨਤਾ ਦੇ ਨਾਲ ਹੀ ਮਜ਼ਬੂਤ ਰਹਿ ਸਕਦੀਆਂ ਇਨ੍ਹਾਂ ਸਾਰੇ ਮੁੱਦਿਆਂ ਤੇ ਚਰਚਾ 'ਚ ਸ਼ਾਮਲ ਹੋਣ ਦੇ ਲਈ ਮੈਂ ਬਨੀਤ ਜੋਸ਼ੀ ਜੀ ਲਾਲ ਪ੍ਰਾਸਾ ਮਜੀਠੀਆ ਜੀ ਤਿੰਨੇ ਹੀ ਮਹਿਮਾਨਾਂ ਦਾ ਧੰਨਵਾਦੀ ਹਾਂ ਔਰ ਸਾਡੇ ਦਰਸ਼ਕਾਂ ਲਈ ਇਹ ਦੋ ਪੜਾਈ ਚਰਚਾ ਦੇ ਬਾਰੇ ਕੋਈ ਵੀ ਆਪਣੀ رائے ਜਾਂ ਸੁਨੇਹਾ ਦੇਣਾ ਹੋਵੇ ਸਾਡਾ ਪਤਾ ਜਗਦਾਰ ਸਿੱਧੂ @globalpunjabtv.com